ਸੁਖਵਿੰਦਰ ਸਿੰਘ ਲੌਂਗੋਵਾਲ ਦੀਆਂ ਲਗਭਗ 1 ਸਾਲ ਤੋਂ ਜਥੇਬੰਦਕ ਵਿਰੋਧੀ ਕਾਰਵਾਈਆਂ ਲਗਾਤਾਰ ਨੋਟ ਕੀਤੀਆਂ ਗਈਆਂ। ਦੋ ਮੀਟਿੰਗਾਂ ਦੇ ਵਿੱਚ ਉਹਨੂੰ ਇਹ ਕਾਰਵਾਈਆਂ ਤੋਂ ਰੋਕਣ ਲਈ ਵਰਜਿਤ ਕਰਨ ਵਾਸਤੇ ਦੋ ਮੀਟਿੰਗਾਂ ਦੇ ਵਿੱਚ ਏਜੰਡੇ ਲੱਗੇ ਤੇ ਵਾਰਨਿੰਗ ਦੇ ਕੇ ਉਹਨੂੰ ਛੱਡਦੇ ਰਹੇ। ਪਿਛਲੀ ਮੀਟਿੰਗ 14 ਦਸੰਬਰ ਵਾਲੇ ਦਿਨ ਹੋਈ, ਉਹਦੇ ਵਿੱਚ ਸਬੂਤਾਂ ਤਹਿਤ ਤੱਤਾਂ ਸਹਿਤ ਉਹਦੀਆਂ ਕਾਰਵਾਈਆਂ ਉਹਨੂੰ ਨੋਟ ਕਰਾਈਆਂ ਗਈਆਂ ਕਿ ਤੁਸੀਂ ਜਥੇਬੰਦਕ ਕਾਇਦੇ ਕਾਨੂੰਨਾਂ ਮੁਤਾਬਕ ਜਿਹੜੀਆਂ ਕਾਰਵਾਈਆਂ ਕਰ ਰਹੇ ਹੋ, ਪਿੰਡਾਂ ਦੇ ਕੁਝ ਲੋਕਾਂ ਨੂੰ ਇਕੱਠੀਆਂ ਕਰਕੇ ਉਹਨਾਂ ਦੀਆਂ ਵੱਖਰੀਆਂ ਮੀਟਿੰਗਾਂ ਕਰਾ ਕੇ ਇੱਕ ਵੱਖਰੀਆਂ ਕਮੇਟੀਆਂ ਬਣਾ ਕੇ ਇਕੱਠਾਂ 'ਚ ਜਾਣ ਤੋਂ ਰੋਕ ਰਹੇ ਹੋ ਅਤੇ ਉਹਨਾਂ ਨੂੰ ਕਹਿ ਰਹੇ ਹੋ ਕਿ ਫੰਡ ਇਕੱਠੇ ਕਰਨੇ ਨੇ ਅਤੇ ਜਮ੍ਹਾਂ ਨਹੀਂ ਕਰਾਉਣੇ। ਯਾਨੀ ਇੱਕ ਜਥੇਬੰਦੀ 'ਚ ਦੋ ਜਥੇਬੰਦੀਆਂ ਬਣਾਉਣ ਦਾ ਜਿਹੜਾ ਰੁਝਾਨ ਤੁਹਾਡਾ ਲਗਾਤਾਰ ਜਾਰੀ ਹੈ, ਉਹ ਉਹਨੂੰ ਮੀਟਿੰਗ ਦੇ ਵਿੱਚ ਨੋਟ ਕਰਾਈਆਂ, ਪਰ ਉਹ ਬਜਾਏ ਮੁੜਨ ਦੇ ਹੋਰ ਅੱਗੇ ਵਧਣੇ। ਪਿਛਲੇ ਦਿਨਾਂ 'ਚ 1 ਤਰੀਕ ਨੂੰ ਉਹਨਾਂ ਨੇ ਵੱਡੀ ਮੀਟਿੰਗ ਕਰਕੇ ਆਪਣੀ ਕਮੇਟੀ ਵੀ ਬਕਾਇਦਾ ਬਣਾ ਲਈ ਹੈ ਅਤੇ ਪ੍ਰਚਾਰ ਕਰ ਰਹੇ ਨੇ ਵੀ ਅਸੀਂ ਅੱਡ ਜਥੇਬੰਦੀ ਬਣਾ ਲਈ ਅਤੇ ਜਥੇਬੰਦੀ ਨੇ ਇਹਦਾ ਗੰਭੀਰ ਨੋਟਿਸ ਲੈਂਦੇ ਅੱਜ ਬਰਨਾਲਾ ਦੇ ਤਰਕਸ਼ੀਲ ਭਵਨ ਦੇ ਵਿੱਚ ਵਿਚਾਰ ਚਰਚਾ ਤੋਂ ਲੰਮੀ ਵਿਚਾਰ ਚਰਚਾ ਤੋਂ ਬਾਅਦ ਸਰਬਸੰਮਤੀ ਨਾਲ ਸੂਬਾ ਕਮੇਟੀ ਨੇ ਉਹਨਾਂ ਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਹੈ। ਜਗਤਾਰ ਸਿੰਘ ਕਾਲਾ ਝਾੜ ਦੇ ਉੱਪਰ ਕਰਪਸ਼ਨ ਦੇ 25,000 ਦੇ ਦੋਸ਼ ਲੱਗੇ ਹੋਏ ਸੀਗੇ, ਮੈਂ ਐਫੀਡੈਵਿਟ ਉਗਰਾਹਾਂ ਤੱਕ ਪਹੁੰਚਾ ਦਿੱਤਾ। ਇਹਦੇ 'ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਮੈਂ ਇਹਨਾਂ ਗੱਲਾਂ 'ਤੇ ਸਟੈਂਡ ਕਰਦਾ ਸਾਰੀਆਂ 'ਤੇ ਕਿ ਜੋ ਬੰਦਾ ਗਲਤ ਹੈ ਉਹਨਾਂ 'ਤੇ ਕਾਰਵਾਈ ਕਰੋ। ਨੰਬਰ 1 ਇਹ ਕਾਰਨ ਨੇ ਕੱਟ ਘਟਣ ਦੇ। ਨੰਬਰ 2 ਜਿੰਨੀ ਉਹਨਾਂ ਨੇ ਮੀਟਿੰਗਾਂ ਦੇ ਵਿੱਚ ਬਿਆਨਬਾਜ਼ੀ ਕੀਤੀ, ਇਸ ਦੇ ਮੈਂ ਤੱਥ ਲੈਣ ਲਈ ਠੋਸ ਇੱਕ ਲੈਟਰ ਜਗਿੰਦਰ ਉਗਰਾਹਾਂ ਜੀ ਨੂੰ ਭੇਜਿਆ ਕਿ ਮੈਨੂੰ ਠੋਸ ਸਬੂਤ ਦੇ ਦਿਓ ਪ੍ਰਧਾਨ ਜੀ ਕਿ ਮੈਂ ਕਿੱਥੇ ਕਿੱਥੇ ਗਲਤ ਹਾਂ ਅਤੇ ਮੈਨੂੰ ਸਾਬਤ ਕਰ ਦਿਓ। ਬਿਲਕੁਲ ਜਾਣੀ ਕੁਛ ਵੀ ਜਵਾਬ ਨਹੀਂ ਆਇਆ ਅਜੇ ਤੱਕ, ਨਾ ਇਸ ਗੱਲ 'ਤੇ ਨਾ ਇਸ ਗੱਲ 'ਤੇ। ਸਿਰਫ ਕਾਰਨ ਇਹੀ ਹੈ, ਮੈਂ ਤਾਂ ਇਹ ਸਮਝੂੰਗਾ ਕਿ ਕੁਰਸੀ ਬਚਾਓ ਮੁਹਿੰਮ ਦੇ ਤਹਿਤ ਮੇਰੇ 'ਤੇ ਕਾਰਵਾਈ ਕੀਤੀ ਗਈ ਹੈ, ਹੋਰ ਕੋਈ ਇਹਦੇ 'ਚ ਕੁਛ ਨਹੀਂ ਹੈ। ਸਿਰਫ ਉੱਪਰਲੀ ਇਹਦਾ ਇਜਲਾਸ ਭਾਰਤੀ ਕਿਸਾਨ ਯੂਨੀਅਨ ਦਾ 2018 ਤੋਂ ਬਾਅਦ, ਜੇ 2023 ਤੱਕ ਨਹੀਂ ਕੀਤਾ ਤਾਂ ਇਹੀ ਕਹਿ ਸਕਦੇ ਹਾਂ ਕਿ ਕੁਰਸੀ ਬਚਾਓ ਮੁਹਿੰਮ ਤਹਿਤ ਜਸਵਿੰਦਰ ਹੋਰਾਂ ਨੂੰ ਛਾਂਗੋ। ਇਕੱਲੇ ਜਸਵਿੰਦਰ 'ਤੇ ਕਾਰਵਾਈ ਨਹੀਂ ਨਾ ਹੋਈ, ਬਹੁਤ ਸਾਰੇ ਸਾਥੀ ਨੇ ਜਿਹੜੇ ਘਰਾਂ 'ਚ ਸਾਈਲੈਂਟ ਹੋਏ ਬੈਠੇ ਹੈ ਜਿਨ੍ਹਾਂ 'ਤੇ ਕਾਰਵਾਈਆਂ ਹੋਈਆਂ, ਤਾਂ ਉਹ ਇਸੇ ਗੱਲ ਦਾ ਹਿੱਸਾ ਹੈ ਕਿ ਜੋ ਜਥੇਬੰਦੀ ਨੇ ਕਹਿਤਾ ਉਹ ਠੀਕ ਹੈ ਅਤੇ ਕੋਈ ਸਵਾਲ ਨਾ ਉਠਾਓ।